ਅੱਜ ਗੱਲ ਦੀ ਸਾਰ ਨੂੰ ਸੁਣ ਰਹੇ ਤੁਸੀਂ ਕਬੀਰ ਸਿੰਘ ਦੇ ਨਾਲ ਇਟਾਲੀਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ ਇਟਾਲੀਨ ਸਿੱਖਣਾ ਚਾਹੁੰਦੇ ਹੋ ਤਾਂ ਘਰ ਬੈਠੇ ਸਿੱਖਣਾ ਚਾਹੁੰਦੇ ਹੋ ਆਪਣੇ ਮੋਬਾਈਲ ਤੋਂ ਸਿੱਖਣਾ ਚਾਹੁੰਦੇ ਹੋ 353321908 ਆਪਣੀਆਂ ਕਲਾਸਾਂ ਬੁੱਕ ਕਰ ਲਓ ਜੀ ਇਟਲੀ ਦੀ ਇਮੀਗ੍ਰੇਸ਼ਨ ਬਾਰੇ ਹਮੇਸ਼ਾ ਸਵਾਲ ਪੁੱਛਿਆ ਜਾਂਦਾ ਇਟਲੀ ਦੀ ਇਮੀਗ੍ਰੇਸ਼ਨ ਬਾਰੇ ਅੱਜ ਦੁਪਹਿਰ ਦੀਆਂ ਖਬਰਾਂ ਦੇ ਵਿੱਚ ਅਸੀਂ ਕੁਝ ਇੰਪੋਰਟੈਂਟ ਅਪਡੇਟ ਦਿੱਤੇ ਸਨ ਜੋ ਕਿ ਤੁਹਾਨੂੰ ਉਹਦੇ ਉੱਤੇ ਇੱਕ ਆਰਟੀਕਲ ਵੀ ਲਿਖਿਆ ਉਸ ਆਰਟੀਕਲ ਨੂੰ ਤੁਸੀਂ ਪੰਜਾਬੀ ਦੇ ਵਿੱਚ ਪੜ੍ਹ ਸਕਦੇ ਹੋ ਲਿੰਕ ਤੁਹਾਨੂੰ ਆਪਣੀ ਜਿਹੜੀ ਪਹਿਲੀ ਕਮੈਂਟ ਦੇ ਵਿੱਚ ਮਿਲ ਜਾਣਾ ਪਰ ਉਸ ਤੋਂ ਪਹਿਲਾਂ ਦੇਖਦੇ ਹਾਂ ਕੀ ਕੋਈ ਅਪਡੇਟ ਇਸ ਤੋਂ ਇਲਾਵਾ ਆਇਆ ਜਿਹੜਾ ਦੁਪਹਿਰ ਦਾ ਅਪਡੇਟ ਨਹੀਂ ਸੀ ਫਿਲਹਾਲ ਇਟਲੀ ਦੇ ਵਿੱਚ ਕੋਈ ਹੋਰ ਅਪਡੇਟ ਨਹੀਂ ਆਇਆ ਜੋ ਦੁਪਹਿਰ ਦਾ ਅਪਡੇਟ ਸੀ ਉਸ ਤੋਂ ਇਲਾਵਾ ਪਰ ਜਦੋਂ ਵੀ ਕੋਈ ਅਪਡੇਟ ਆਉਂਦਾ ਤਾਂ ਅਸੀਂ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗੇ ਇੱਕ ਗੱਲ ਜ਼ਰੂਰ ਆਈ ਹੈ ਜੀ ਨਵਾਂ ਸਾਲ ਨਮਸਾਲ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਵੀ ਜਿੰਨਾ ਵੀ ਆਪਣੇ ਵੀਰਾਂ ਭੈਣਾਂ ਨੇ ਸਾਨੂੰ ਹੈਪੀ ਨਿਊ ਈਅਰ ਬਿਸ਼ ਕੀਤਾ ਉਹਨਾਂ ਸਾਰਿਆਂ ਨੂੰ ਇੱਕ ਵਾਰ ਫਿਰ ਹੈਪੀ ਨਿਊ ਈਅਰ ਅਤੇ ਜਿੰਨਾਂ ਨੇ ਨਹੀਂ ਵੀ ਕੀਤਾ ਉਹਨਾਂ ਨੂੰ ਸਾਰਿਆਂ ਨੂੰ ਵੀ ਹੈਪੀ ਨਿਊ ਈਅਰ ਅੱਛਾ ਜੀ ਕਵਰਾਂ ਦੀ ਸ਼ੁਰੂਆਤ ਕਰਦੇ ਹਾਂ ਜੀ ਕਰੋਵਾਤਸਿਆ ਨੂੰ ਕਰੋਵਾਤਸਿਆ ਸ਼ੇਨਗਨ ਏਰੀਆ ਦੇ ਵਿੱਚ ਐਂਟਰ ਹੋ ਗਿਆ ਕਰੋਵਾਤਸਿਆ ਜੇ ਅਸੀਂ ਦੇਖੀਏ ਯੂਰਪ ਦੇ 20ਵੇਂ ਗੰਢਰੀਆ ਜੋ ਐਰੋ ਨੂੰ ਯੂਜ਼ ਕਰ ਰਹੀ ਹੈ ਐਰੋ ਯੂਜ਼ ਕਰਨਾ 27ਵੀਂ ਕੰਟਰੀ ਹੈ ਜੋ ਕਿ ਸ਼ੇਂਗਨ ਏਰੀਆ ਦੇ ਵਿੱਚ ਐਂਟਰ ਹੋ ਗਈ ਹੈ ਵੈਸੇ ਜੇ ਇਟਲੀ ਦੇ ਵਿੱਚ ਦੇਖੀ ਇਟਲੀ ਜਿਹੜਾ ਜਨਵਰੀ ਦੇ ਵਿੱਚ 1 ਜਨਵਰੀ 2002 ਤਕਰੀਬਨ 21 ਸਾਲ ਪਹਿਲਾਂ ਐਂਟਰ ਹੋਇਆ ਸੀਗਾ ਤੇ ਹੁਣ ਕਰੋਆਟਸਿਆ 1 ਜਨਵਰੀ 2023 ਨੂੰ ਸ਼ੇਂਗਨ ਏਰੀਆ ਅਤੇ ਐਰੋ ਇਹਨੇ ਰੱਖ ਲਿਆ ਤਕਰੀਬਨ ਜੇ ਅਸੀਂ ਗੱਲ ਕਰਦੇ ਹਾਂ 1 ਜੁਲਾਈ 2013 ਤੋਂ ਜਿਹੜਾ ਕਰੋਸ਼ੀਆ ਵੈਸੇ ਯੂਰਪੀਅਨ ਯੂਨੀਅਨ ਦਾ ਹਿੱਸਾ ਹੈ ਪਰ ਉਹਨੂੰ 10 ਸਾਲ ਲੱਗੇ ਏਰੋ ਨੂੰ ਅਪਣਾਉਣ ਨੂੰ ਅਤੇ ਸ਼ੇਂਗਨ ਏਰੀਆ ਦੇ ਵਿੱਚ ਆਉਣ ਨੂੰ ਅੱਜ ਤੋਂ ਸ਼ੇਂਗਨ ਏਰੀਆ ਦੇ ਵਿੱਚ ਕਰੋਸ਼ੀਆ ਆ ਗਿਆ ਜੀ ਉਸ ਤੋਂ ਬਾਅਦ ਅਗਲੇ ਅਪਡੇਟ ਵੱਲ ਚੱਲਦੇ ਹਾਂ 1 ਜਨਵਰੀ ਤੋਂ ਜਿਹੜੇ ਇਟਲੀ ਦੇ ਵਿੱਚ ਕੁਝ ਹੋਣ ਵਾਲੇ ਬਦਲਾਅ ਨੇ ਉਹਨਾਂ ਵੱਲ ਦੇਖਦੇ ਹਾਂ ਸਭ ਤੋਂ ਪਹਿਲਾਂ ਜਿਹੜੇ ਬਦਲਾਅ ਦੀ ਗੱਲ ਕੀਤੀ ਜਾਂਦੀ ਹੈ ਉਹ ਕਿਹੜਾ ਹੈ ਜੀ ਇਟਲੀ ਦੇ ਵਿੱਚ ਅ 30 ਸੈਂਟ ਦਾ ਜਿਹੜਾ ਸਾਨੂੰ ਮਿਲਦਾ ਸੀ 30 ਸੈਂਟ ਜਿਹੜੇ ਪੈਟਰੋਲ ਹੋ ਜਾਣ ਡੀਜ਼ਲ ਹੋਣ ਇਹਨਾਂ ਦੇ ਉੱਤੇ ਸਰਕਾਰ ਵੱਲੋਂ ਜਿਹੜੀ ਸਬਸਿਡੀ ਸੀ ਦੱਸਿਆ ਜਾ ਰਿਹਾ ਕਿ ਉਸ ਸਬਸਿਡੀ ਨੂੰ ਲਾ ਲਿਆ ਗਿਆ ਹੁਣ ਇਹ ਜਿਹੜੀ ਸਬਸਿਡੀ ਹੈ ਇਹ ਸਾਨੂੰ ਨਹੀਂ ਮਿਲਣੀ ਇਸ ਕਰਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਨੂੰ ਜਿਹੜਾ ਪੈਟਰੋਲ ਡੀਜ਼ਲ ਤਕਰੀਬਨ 30 ਸੈਂਟ ਤੱਕ ਮਹਿੰਗਾ ਹੋ ਸਕਦਾ ਪਰ ਜੇ ਮਹਿੰਗੇ ਦੀ ਗੱਲ ਕਰਦੇ ਹਾਂ ਤਾਂ ਦੱਸਿਆ ਜਾ ਰਿਹਾ ਕਿ ਹੁਣ ਜਿੰਨਾ ਪੈਟਰੋਲ ਜਾਂ ਫਿਰ ਡੀਜ਼ਲ ਦਾ ਰੇਟ ਇਸ ਟਾਈਮ ਚੱਲ ਰਿਹਾ ਪਰ ਇਹ ਵੀ ਦੱਸਿਆ ਜਾ ਰਿਹਾ ਕਿ ਭਾਵੇਂ 31 ਤਰੀਕ ਤੱਕ ਇਹ ਸਗਾ 30 ਸੈਂਟ ਦਾ ਜਾਨੀ ਸਾਨੂੰ ਫਾਇਦਾ ਸਗਾ ਪਰ ਫਿਰ ਵੀ 18 ਸੈਂਟ ਤੱਕ ਇਹਨਾਂ ਨੇ ਸਾਨੂੰ ਸਬਸਿਡੀ ਦੇਣੀ ਆ ਮਤਲਬ ਕਿ ਥੋੜਾ ਬਹੁਤਾ ਸਰਕਾਰ ਨੇ ਸਸਤਾ ਕਰਨਾ ਪਰ ਫਿਰ ਵੀ ਦੱਸਿਆ ਜਾ ਰਿਹਾ ਕਿ ਜੂਨ 2021 ਤੋਂ ਲੈ ਕੇ ਹੁਣ ਤੱਕ ਦਾ ਸਸਤਾ ਰੇਟ ਜਦੋਂ ਲੜਾਈ ਲੱਗੀ ਰਸ਼ੀਆ ਤੇ ਯੂਕਰੇਨ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਰੇਟ ਵਾ ਪੈਟਰੋਲ ਡੀਜ਼ਲ ਗਿਆ ਸਭ ਕੁਝ ਤਾਂ ਵਧੀਆ ਪਰ ਉਹਦੇ ਹਿਸਾਬ ਨਾਲ ਹੁਣ ਘਟੋਆ ਪਰ ਫਿਰ ਵੀ ਥੋੜਾ ਜਿਆਦਾ ਹੋਣਾ ਹੈ। ਅੱਛਾ ਜੀ। ਬਿਜਲੀ ਗੈਸ ਵਾਲ ਚੱਲਦੇ ਹੁਣ ਜੇ ਅਸੀਂ ਗੱਲ ਕਰੀਏ ਬਿਜਲੀ ਦੀ ਬਿਜਲੀ ਦੀ ਸਰਕਾਰ ਨੇ ਕਿਹਾ ਕਿ ਬਿਜਲੀ ਆ ਜਿਹੜੀ ਉਹ ਥੋੜੀ ਹੁਣ ਸਸਤੀ ਹੋਣੀ ਹੈ। ਕਿੰਨੀ ਕ ਸਸਤੀ ਹੋਣੀ ਹੈ ਜੀ ਬਿਜਲੀ ਕਹਿ ਰਹੇ ਨੇ ਕਿ ਤਕਰੀਬਨ 19% ਸਾਨੂੰ ਸਸਤੀ ਮਿਲਣੀ ਹੈ। ਜਿਹੜੀ ਗੈਸ ਆ ਗੈਸ ਸਾਨੂੰ 20% ਮਹਿੰਗੀ ਮਿਲਣੀ। ਹਾਂ ਜੀ। ਬਿਜਲੀ ਦੇ ਵਿੱਚ ਸਾਨੂੰ ਹਰ ਮਹੀਨੇ 19% ਬਿੱਲ ਘਟਾਣਾ ਗੈਸ ਦੇ ਵਿੱਚ ਸਾਨੂੰ 20% ਹਰ ਮਹੀਨੇ ਬਿੱਲ ਜਾਦਣਾ ਇੱਕ ਪਾਸਿਓਂ ਘਟਾਇਆ ਤੇ ਦੂਸਰੇ ਪਾਸਿਓਂ ਵਧਾ ਦਿੱਤਾ ਫਿਲਹਾਲ ਦੱਸਿਆ ਜਾ ਰਿਹਾ ਕਿ ਪਹਿਲੇ ਜਿਹੜੇ 3 ਮਹੀਨੇ ਮਾਰਚ ਤੱਕ ਉੱਚ ਇਦਾਂ ਹੁਣ ਉਸ ਤੋਂ ਬਾਅਦ ਦੇਖਾਂਗੇ ਕੀ ਹੁਣ ਅਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਜਿਹੜੇ ਆਊਟ ਉਸ ਤਰ੍ਹਾਂ ਦੇ ਇਹਨਾਂ ਦੇ ਵਿੱਚ ਵੀ 2% ਸਾਨੂੰ ਜਿਹੜੇ ਵਧ ਮਿਲਣੇ ਬਦ ਮੇਲਣੇ ਕਹਵੇ ਅਸੀਂ ਜਿਹੜੇ ਪੈਦਾਜੋ ਥੋੜੀ ਮਹਿੰਗੀ ਕਰ ਦੇਣੀ ਜਾਂ ਕੋਈ ਖਾਸ ਵਰਕ ਨਹੀਂ ਮਹਿੰਗੀ ਹੋ ਜਾਣੀ ਉਸ ਤੋਂ ਬਾਅਦ ਇਟਲੀ ਦਾ ਨਵਾਂ ਸਾਲ ਪੁਚਾਲ ਦੇ ਨਾਲ ਹੋਈ ਸ਼ੁਰੂਆਤ ਰੋਮਾ ਦੇ ਵਿੱਚ ਪੁਚਾਲ ਜਿਹੜਾ ਐਪੀ ਚੈਂਟਰੋ ਗੁਈ ਦੋਨੀਆ ਦੇ ਵਿੱਚ ਆ ਦੱਸਿਆ ਜਾ ਰਿਹਾ ਕਿ ਜੋ ਕਿ ਰੋਮਾ ਦਾ ਹੀ ਇੱਕ ਅਸੀਂ ਕਹਿ ਸਕਦੇ ਹਾਂ ਹਿੱਸਾ 9 ਕਿਲੋਮੀਟਰ ਦੀ ਗਹਿਰਾਈ ਦੇ ਵਿੱਚ ਇਹ ਪੁਚਾਲਾ ਫਿਲਹਾਲ 3.3 ਮਾਨਿਚੂ ਦਾ ਹੀ ਕਿਸੇ ਵੀ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਨੇ ਕਿਦਾਂ ਦਾ ਨਾ ਹੋਵੇ ਮਿਲਾਨ ਦੇ ਵਿੱਚ ਜੇ ਸੀ ਨਵੇਂ ਸਾਲ ਦੀ ਸ਼ੁਰੂਆਤ ਦੀ ਗੱਲ ਕਰਦੇ ਨਵੇਂ ਸਾਲ ਦੀ ਸ਼ੁਰੂਆਤ ਦੀ ਜੇ ਅਸੀਂ ਗੱਲ ਕਰੀਏ ਨਵੇਂ ਸਾਲ ਦੇ ਨਾਲ ਜਿਹੜੇ ਰਾਤ ਨੂੰ ਪਟਾਕੇ ਚਲਾਏ ਗਏ ਆ ਆਥਿਸ਼ਵਰਜੀਆਂ ਕੀਤੀਆਂ ਗਈਆਂ ਗੋਲੀਆਂ ਵੀ ਚਲਾਈਆਂ ਗਈਆਂ ਤੇ ਉਹਨਾਂ ਦੇ ਵਿੱਚ ਫੱਟੜ ਵੀ ਬਹੁਤ ਹੋਏ ਨੇ ਨਵੇਂ ਸਾਲ ਦੀ ਪਾਰਟੀ ਦੇ ਵਿੱਚ 180 ਬੰਦੇ ਫੱਟੜ ਹੋਏ ਨੇ ਜਿਨ੍ਹਾਂ ਦੇ ਵਿੱਚ 50 ਨਾਬਾਲਗ ਨੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘਾਟਾ ਮਿਲਾਨ ਦੇ ਵਿੱਚ ਪਟਾਕੇ ਚਲਾਣ ਵੇਲੇ ਦੋ ਦੀਆਂ ਉਂਗਲੀਆਂ ਉੜ ਗਈਆਂ ਤੇ ਇੱਕ ਬੰਦੇ ਦੇ ਗੋਲੀ ਚ ਲੱਗੀ ਕਿਉਂਕਿ ਬੰਦੇ ਖੁਸ਼ੀ ਦੇ ਵਿੱਚ ਗੋਲੀਆਂ ਚਲਾ ਰਹੇ ਸਨ ਤੇ ਇੱਕ ਬੰਦੇ ਦਾ ਹੱਥ ਮੁਰੇ ਆ ਗਿਆ ਤੇ ਹਹਾਕਾਰ ਜੀਕ ਚਹਾੜਾ ਪੈ ਗਿਆ ਉਸ ਬਾਰ ਦੇ ਵਿੱਚ ਜਿੱਥੇ ਮਨਾਇਆ ਜਾ ਰਿਹਾ ਸੀ ਨਵਾਂ ਸਾਲ ਕਿਸੇ ਕੋਲ 80000 ਕਿਸੇ ਕੋਲ 50000 ਰੋਮਾ ਦੇ ਵਿੱਚ 80000 ਨਾਪਲੀ ਦੇ ਵਿੱਚ 50000 ਕਿਸੇ ਹੋਰ ਕੋਲ 30000 ਕਿਸੇ ਕੋਲ 20000 ਹਜ਼ਾਰਾਂ ਦੀ ਗਿਣਤੀ ਤਦਾਦ ਦੇ ਵਿੱਚ ਨਵਾਂ ਸਾਲ ਮਨਾਇਆ ਗਿਆ ਇਟਲੀ ਦੇ ਵੱਖ-ਵੱਖ ਹਿੱਸਿਆਂ ਦੇ ਜਿੱਥੇ ਸ਼ੁਰੂ ਕੀਤਾ ਗਿਆ ਕਿ ਜਿਨ੍ਹਾਂ ਦੇ ਵਿੱਚ ਨਵੇਂ ਸਾਲ ਦੀਆਂ ਪਾਰਟੀਆਂ ਸਨ ਕੁੰਚੈਰ ਤੇ ਸਨ ਅਸੀਂ ਕਹਿ ਸਕਦੇ ਹਾਂ ਅਖਾੜੇ ਲੱਗੇ ਸਨ ਜਿਹੜੇ ਮੰਨੇ ਕੰਨੇ ਇਹਨਾਂ ਦੇ ਤਗੜੇ ਤਗੜੇ ਜਿਹੜੇ ਗਾਇਕ ਕਰਨ ਉਹਨਾਂ ਨੇ ਅਖਾੜੇ ਲਾਇਸਨ ਉਸ ਤੋਂ ਬਾਅਦ ਇੱਕ ਹੋਰ ਅਪਡੇਟ ਆ ਰਿਹਾ ਜੀ ਕੋਵਿਡ ਦੇ ਉੱਤੇ ਕੋਵਿਡ ਦੇ ਉੱਤੇ ਇੱਕ ਐਸੀ ਚੀਜ਼ ਦੱਸਿਆ ਜਾ ਰਿਹਾ ਕਿ ਚਾਈਨਾ ਦੇ ਵਿੱਚ ਇਸ ਟਾਈਮ ਬਹੁਤ ਹੀ ਜ਼ਿਆਦਾ ਖਤਰਾ ਵਧਿਆ ਹੋਇਆ ਹੈ ਕਰੋਨਾ ਦੇ ਕਾਰਨ ਕਰੋਨਾ ਦੀ ਹਾਹਾਕਾਰ ਚਾਈਨਾ ਦੇ ਵਿੱਚ ਹੁਣ ਵੀ ਬਰਕਰਾਰ ਤੇ ਇਟਲੀ ਇਸ ਚੀਜ਼ ਤੋਂ ਬਚਿਆ ਹੋਇਆ ਬਚਣ ਦਾ ਕਾਰਨ ਕੀ ਹੈ ਕਿ ਇਟਲੀ ਦੇ ਵਿੱਚ ਵੈਕਸੀਨ ਜਿਹੜੀ ਵਧੀਆ ਲੱਗੀ ਆ ਤੇ ਬਹੁਤ ਜ਼ਿਆਦਾ ਲੱਗੀ ਆ ਤੇ ਸਰਕਾਰ ਕਹਿ ਰਹੀ ਹੈ ਕਿ ਤੁਹਾਡਾ ਜਿਹੜਾ ਬਚਾਓ ਇਟਲੀ ਦੇ ਵਿੱਚ ਇਸ ਟਾਈਮ ਕਰੋਨਾ ਤਾਂ ਨਹੀਂ ਫੈਲ ਰਿਹਾ ਕਿਉਂਕਿ ਲੋਕਾਂ ਨੇ ਸਾਰਿਆਂ ਨੇ ਵੈਕਸੀਨ ਲਵਾਈ ਹੈ ਤੇ ਅਸੀਂ ਕਹਿ ਰਹੇ ਹਾਂ ਕਿ ਸਾਰੇ ਜਾਣੇ ਇੱਕ ਇੱਕ ਬੂਸਟਰ ਸ਼ਾਟ ਹੋਰ ਲਓ ਇਹ ਅਸੀਂ ਨਹੀਂ ਕਹਿ ਰਹੇ ਇਹ ਜੀ ਸਰਕਾਰ ਕਹਿ ਰਹੀ ਹੈ ਕਿ ਇਟਲੀ ਦੇ ਵਿੱਚ ਜੇਕਰ ਕੋਰੋਨਾ ਤੋਂ ਬਚਣਾ ਬੂਸਟਰ ਸ਼ਾਟ ਲਵਾਓ ਜੇਕਰ ਹੁਣ ਤੁਹਾਨੂੰ ਠੰਡ ਦੀ ਸਜੂਕਾਮ ਬੁਖਾਰ ਹੋਵੇ ਤਾਂ ਹੋ ਸਕਦਾ ਕਿ ਤੁਹਾਨੂੰ ਕੋਰੋਨਾ ਪੋਜ਼ਿਟਿਵ ਹੋਵੋ ਟੈਸਟ ਕਰਾਉਗੇ ਤਾਂ ਪਤਾ ਲੱਗਣਾ ਨਹੀਂ ਕਰਾਉਂਗੇ ਤਾਂ ਨਹੀਂ ਪਤਾ ਲੱਗਣਾ ਸਰਕਾਰ ਕਹਿੰਦੀ ਕੋਈ ਚੱਕਰ ਨਹੀਂ ਜੇਕਰ ਪੋਜ਼ਿਟਿਵ ਵੀ ਆ ਜੰਨੇ ਆ ਡਰਨ ਦੀ ਲੋੜ ਨਹੀਂ ਜੇਕਰ ਕੋਈ ਬੰਦੇ ਦਾ ਕਿਸੇ ਵੀ ਬੰਦੇ ਦਾ ਕਰੋਨੇ ਦਾ ਟੈਸਟ ਕੀਤਾ ਜਾਂਦਾ ਤੇ ਉਹ ਕਰੋਨੇ ਦੇ ਟੈਸਟ ਦੇ ਵਿੱਚ ਪੋਜ਼ਿਟਿਵ ਆ ਜਾਂਦਾ ਪਰ ਉਹਨੂੰ ਨਾ ਕਿਸੇ ਤਰ੍ਹਾਂ ਦਾ ਸਿੰਪਟਮ ਆ ਨਾ ਉਹਨੂੰ ਖਾਂਗਾ ਤੇ ਨਾ ਉਹਦਾ ਉਹਨੂੰ ਬੁਖਾਰ ਚੜਦਾ ਨਾ ਖਾਂਗਾ ਨਾ ਉਹਨੂੰ ਕਿਸੇ ਵੀ ਤਰ੍ਹਾਂ ਦਾ ਸਿੰਪਟਮ ਨਹੀਂ ਹੈ ਜੋ ਕਿ ਕਰੋਨਾ ਪੇਸ਼ੈਂਟ ਦੇ ਵਿੱਚ ਹੋਣਾ ਚਾਹੀਦਾ ਤਾਂ ਕੋਈ ਚੱਕਰ ਨਹੀਂ 5ਵੇਂ ਦਿਨ ਤੋਂ ਬਾਅਦ ਉਹ ਬੰਦਾ ਬਿਨਾ ਨੈਗੇਟਿਵ ਟੈਸਟ ਤੋਂ ਕਰ ਤੋਂ ਬਾਹਰ ਜਾ ਸਕਦਾ ਦੱਸਿਆ ਜਾ ਰਿਹਾ ਕਿ ਪੰਜਾਂ ਦਿਨਾਂ ਬਾਅਦ ਬੰਦਾ ਜਿਹੜਾ ਕੁਆਰੰਟਾਈਨ ਰਹੂਗਾ ਪੰਜ ਦਿਨਾਂ ਬਾਅਦ ਉਸ ਦੇ ਜਿਹੜੇ ਆ ਸਿੰਪਟਮ ਨਹੀਂ ਹੈਗੇ ਤਾਂ ਉਹ ਨੈਗੇਟਿਟਿਵ ਹੋ ਸਕਦਾ ਪਰ ਸਲਾਹ ਇਹ ਦਿੱਤੀ ਜਾਂਦੀ ਹੈ ਕਿ ਡਾਕਟਰ ਦੇ ਨਾਲ ਜ਼ਰੂਰ ਗੱਲ ਕਰੋ ਜੇ ਕਿਸੇ ਬੰਦੇ ਨੂੰ ਜ਼ਿਆਦਾ ਕਾਲੀ ਹੋਵੇ ਕੰਮ ਤੇ ਜਾਣ ਦੀ ਬੰਦਾ ਕਹਿੰਦਾ ਮੈਂ ਘਰ ਦੇ ਵਿੱਚ ਨਹੀਂ ਰੁੱਕ ਸਕਦਾ ਬੰਦੇ ਨੂੰ ਕਿਸੇ ਵੀ ਤਰ੍ਹਾਂ ਦਾ ਸਿੰਪਟਮ ਨਹੀਂ ਬੰਦਾ ਪੋਜ਼ਿਟਿਵ ਆ ਕੁਛ ਵੀ 드러ਨਦਾ ਸਿੰਪਟਮ ਨਹੀਂ ਹੈਗਾ 5 ਦਿਨ ਤੋਂ ਪਹਿਲਾਂ ਕਰਤੂਬਾਰ ਜਾਣਾ ਚਾਹਦਾ ਤੇ ਆਪਣਾ ਟੈਸਟ ਕਰਵਾ ਸਕਦਾ ਤੇ ਕਰਤੂਬਾਰ ਜਾ ਸਕਦਾ ਸਰਕਾਰ ਕਰ ਰਹੀ ਹੈ ਇਦਾਂ ਦੇ ਨਵੇਂ ਖੁਲਾਸੇ ਉਸ ਤੋਂ ਬਾਅਦ ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ ਅਗਲਾ ਪਟੇਟ ਆ ਰਿਹਾ ਦੱਸਿਆ ਜਾ ਰਿਹਾ ਕਿ ਜਿਹੜੇ ਖੰਡ ਅਤੇ ਆਟਾ ਖੰਡ ਆਟਾ ਇਹਨਾਂ ਦੀਆਂ ਜਿਹੜੀਆਂ ਬੋਰੀਆਂ ਸਨ ਇਹਨਾਂ ਦੇ ਵਿੱਚ ਮਰੇ ਹੋਏ ਚੂਹੇ ਪਾਏ ਗਏ ਹਨ ਅਦੇ ਉਸ ਤੋਂ ਬਾਅਦ ਸਿਰਫ ਅਖੰਡ ਤੇ ਆٹے ਦੀਆਂ ਬੋਰੀਆਂ ਦੇ ਵਿੱਚ ਨਹੀਂ ਜਾਉਣਾ ਇੰਦੀ ਇੰਡਸਟਰੀ ਵਾਲਿਆ ਜੋ ਕਿ ਮਾਕਿਆ ਰੈਦੂ ਆ ਉਹਦੇ ਵਿੱਚ ਪੁਲਿਸ ਨੇ ਛਾਪਾ ਮਾਰਿਆ ਤੇ ਜਿਹੜਾ ਮੀਟ ਵੀ ਬਹੁਤ ਖਰਾਬ ਹਾਲਤ ਦੇ ਵਿੱਚ ਮਿਲਿਆ ਹੁਣ ਅਸੀਂ ਤੁਹਾਨੂੰ ਨਾਮ ਨਹੀਂ ਦੱਸਣਾ ਕਿਸ ਚੀਜ਼ ਪਦਾਰਥ ਦਾ ਸੀ ਤੁਸੀਂ ਕੀ ਕਰਨਾ ਹੈ ਜੀ ਮਾਕਿਆ ਰੈਦੂ ਮਾਕਿਆ ਰੈਦੂ ਏਰੀਆ ਨੈਟ ਤੇ ਸਰਚ ਮਾਰਨਾ ਤੇ ਜਿਹੜਾ ਵੀ ਉੱਥੇ ਦਾ ਡਾਕ ਕੀ ਛਾਪਾ ਪਿਆ ਹੋਊਗਾ ਤੁਹਾਨੂੰ ਸਕਰੀਨਾਂ ਤੇ ਸ਼ੋ ਹੋ ਜਾਣਾ ਜੀ ਕਿ ਕਿਸ ਹਿਸਾਬ ਦੇ ਨਾਲ ਗਲਿਆ ਸੜਿਆ ਸਮਾਨ ਮਾਰਕਟਾਂ ਦੇ ਵਿੱਚ ਵੇਚਿਆ ਜਾ ਰਿਹਾ ਨਮਾ ਕਹਿ ਕੇ ਲਾਸਟਲੀ ਅਪਡੇਟ ਵਾਲ ਚੱਲਦੇ ਆ ਜੀ ਇੱਕ ਮੁੰਡਾ ਜੋ ਕਿ ਨਵੇਂ ਸਾਲ ਤੇ ਉਸ ਦਾ ਕਤਲ ਕਰ ਦਿੱਤਾ ਗਿਆ ਕਤਲ ਵੀ ਗਰੁੱਪ ਨੇ ਕੀਤਾ ਕੁੱਟ-ਕੁੱਟ ਕੇ ਮੁੰਡਾ ਮਾਰਤਾ ਇਹ ਜੋ ਮੁੰਡਾ ਸੀ ਅਫਰੀਕਾ ਦਾ ਨਾਰਥ ਅਮਰੀਕਾ ਦਾ ਦੱਸਿਆ ਜਾ ਰਿਹਾ ਅਫਰੀਕਾ ਦਾ ਸੌਰੀ ਅਫਰੀਕਾ ਦੇ ਕਿਸੇ ਕੰਟਰੀ ਦਾ ਹੀ ਤੇ ਉਸ ਇਸ ਦਾ ਪਤਾ ਉਸ ਦੇ ਰੰਗ ਨੂੰ ਦੇਖ ਕੇ ਪਤਾ ਲੱਗਾ ਪਰ ਉਸ ਦੀ ਜੇਬ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਦਾਸਤਾਵੇਜ਼ ਡਾਕੂਮੈਂਟ ਨਹੀਂ ਸੀ ਜਿਸ ਕਾਰਨ ਉਹਦੀ ਚੰਗੀ ਤਰ੍ਹਾਂ ਪਛਾਣ ਨਹੀਂ ਹੋਈ ਪਰ ਇੱਕ ਗੱਲ ਜ਼ਰੂਰ ਸਾਹਮਣੇ ਆਈ ਕਿ ਉਸ ਅਫਰੀਕਨ ਮੁੰਡੇ ਨੇ ਇੱਕ ਕੁੜੀ ਦੀ ਸਿਫਤ ਕੀਤੀ ਕਿ ਤੂੰ ਬਹੁਤ ਸੋਹਣੀ ਲੱਗਦੀ ਆ ਤੇ ਉਹਦੇ ਨਾਲ ਜਿਹੜੇ ਮੁੰਡੇ ਸਨ ਉਹਨਾਂ ਨੇ ਕੁੱਟ-ਕੁੱਟ ਕੇ ਮੁੰਡਾ ਮਾਰ ਕੇ ਪਿੱਛੇ ਡਿਸਕੋਟੈਕ ਜਿਹੜਾ ਉਹਦੇ ਪਿੱਛੇ ਸੜਦਾ ਜੋ ਕੇ ਦੱਸਿਆ ਜਾ ਰਿਹਾ ਲਾ ਦੋਲਚੇ ਵਿਤਾ ਪਿੰਡ ਦਾ ਨਾਮ ਅਲਚਰੀ ਤੋਂ ਦੇ ਵਿੱਚ ਸੀਗਾ ਜਿੱਥੇ ਨਵੇਂ ਸਾਲ ਦੀ ਪਾਰਟੀ ਸੀ ਇਦਾਂ ਦੇ ਵੀ ਬਹੁਤ ਸਾਰੇ ਕਾਰਨਾਮੇ ਹੋ ਰਹੇ ਨੇ ਇਦਾਂ ਦੀਆਂ ਚੀਜ਼ਾਂ ਤੋਂ ਬਚਣਾ ਜਿੰਨਾ ਬਚੋ ਵਧੀਆ ਗੱਲ ਆ ਇਹ ਸਨ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਮਿਲਾਂਗੇ ਤੁਹਾਡੇ ਨਾਲ ਅਗਲੇ ਅਪਡੇਟ ਦੇ ਵਿੱਚ ਹੁਣ ਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੌਂਦਾ ਇਟਾਲੀਨ ਖਬਰਾਂ ਤੋਂ ਇਨਕਲੂਡ ਸਿੰਘ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਸਾਡੇ ਸਾਨੂੰ ਜਿਹੜੇ ਵੀ ਸਾਨੂੰ ਕੰਟੈਕਟ ਕਰ ਰਹੇ ਸੀ ਸਾਡੇ ਪੁਰਾਣੇ ਟੈਲੀਫੋਨ ਨੰਬਰ ਤੇ ਜੋ ਕਿ ਸਾਡੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿਖਿਆ ਹੁੰਦਾ ਉਹ WhatsApp ਨੰਬਰ ਤਕਰੀਬਨ ਕੁਝ ਟਾਈਮ ਦੇ ਲਈ ਬੰਦ ਰਹੂਗਾ ਜਿਹੜਾ ਸਾਡਾ ਨਵਾਂ WhatsApp ਨੰਬਰ ਆ ਸਿਰਫ ਸਾਨੂੰ ਉਹਦੇ ਉੱਤੇ ਹੀ ਕੰਟੈਕਟ ਸੰਪਰਕ ਕੀਤਾ ਜਾਵੇ 353 326 2335 ਪੁਰਾਣਾ ਨੰਬਰ ਸਾਡਾ ਨਹੀਂ ਚੱਲ ਰਿਹਾ ਉਹ ਨੰਬਰ ਸਾਡਾ ਬੰਦ ਹੋ ਗਿਆ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ